ਗੁਰੂ ਜੀ ਦਾ ਹੁਕਮਨਾਮਾ ਜਿਹੜੇ ਜਿਹੜੇ ਸਿੱਖਾਂ ਨੇ ਸੁਣਿਆ ਉਹਨਾਂ ਨੂੰ ਚਾਹ ਚੜ੍ਹ ਗਈ, ਖੁਸ਼ੀ ਹੋਈ ਕਿ ਸਾਡੇ ਗੁਰੂ ਨੇ ਸਾਨੂੰ ਯਾਦ ਕੀਤਾ। ਚੱਲ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰੀਏ, ਸੰਗਤਾਂ ਤਿਆਰੀਆਂ ਕਰਨ ਲੱਗੀ, ਸਿੱਖਾਂ ਦੇ ਮਨ ਤੇ ਬੜਾ ਚਾਹ ਪੈਦਾ ਹੋਇਆ ਕਿ ਚਲੋ ਚੱਲ ਕੇ ਗੋਬਿੰਦਵਾਲ ਸਾਹਿਬ ਸਾਖੀ ਬਣਾਵਾਂਗੇ, ਉੱਥੇ ਸਾਡੇ ਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਾਂਗੇ, ਨਾਲ ਸੰਗਤਾਂ ਦੇ ਦਰਸ਼ਨ ਕਰਾਂਗੇ। ਥਾਂ ਥਾਂ ਤੋਂ ਪਿੰਡਾਂ ਨਗਰਾਂ ਸ਼ਹਿਰਾਂ ਸੂਬਿਆਂ ਤੋਂ ਦੂਰ ਦੂਰ ਤੋਂ ਸੰਗਤਾਂ ਚੱਲ ਪੈਂਦੀਆਂ, ਉਡੀਕ ਕਰਦੇ ਵਿਸਾਖੀ ਦੇ ਨਾਵੇ ਤੇ ਜਾਈਏ, ਗੁਰੂ ਮਹਾਰਾਜ ਦੇ ਗੁਰੂ ਅਮਰਦਾਸ ਦੇ ਚਰਨਾਂ ਦੀ ਵਿਸਾਖੀ ਮਨਾਈਏ। ਵਿਸਾਖੀ ਦੇ ਦਿਨ ਦੀ ਸਿੱਖ ਉਡੀਕ ਕਰਨ ਲੱਗੇ, ਸਾਰਿਆਂ ਨੂੰ ਬੜਾ ਚਾਹ ਚੜ ਗਿਆ ਵੀ ਗੁਰੂ ਸਾਹਿਬ ਨੇ ਸਾਨੂੰ ਸੱਦਿਆ, ਪੈਸਿਆਂ ਤੋਂ ਵਿਸਾਖੀ ਤੋਂ ਗੁਰੂ ਦੁਆਰੇ ਪਹੁੰਚਣਾ ਹੀ ਪਹੁੰਚਣਾ। ਸਾਹ ਸੰਗਤ ਦੀ ਹੁਣ ਸੰਗਤ ਜਦੋਂ ਏਦਾਂ ਸੋਚਣ ਲੱਗ ਪੈਂਦੀ ਹੈ ਤਾਂ ਜਦੋਂ ਚਾਹ ਦੇ ਉਤਸ਼ਾਹ ਵਧਦਾ, ਪ੍ਰੇਮ ਵਧਦਾ, ਚਾਹ ਹੁੰਦਾ ਵੀ ਆਪਾਂ ਗੁਰੂ ਘਰ ਜਾਣਾ, ਮਨ ਦਾ ਦੂਜੇ ਪਾਸੇ ਧਿਆਨ ਹਟ ਜਾਂਦਾ, ਉਸ ਪਾਸੇ ਧਿਆਨ ਰਹੇ, ਇਹਦੇ ਨਾਲ ਵੀ ਬੜਾ ਭਲਾ ਹੁੰਦਾ, ਗੁਰੂ ਦਾ ਖਿਆਲ ਹੁੰਦਾ। ਜਦੋਂ ਕੋਈ ਜੋੜ ਮੇਲੇ ਗੁਰਪੂਰਬ ਹੁੰਦੇ ਨੇ, ਨਾ ਹੋਲਾ ਮਹੱਲਾ ਹੁੰਦਾ, ਜਾਂ ਸ਼ਹਿਰ ਜਾਣੇ ਦਾ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਹੁੰਦਾ, ਮਾਘੀ ਦਾ ਮੇਲਾ ਮੁਕਤ ਸੰਸਥਾ ਹੁੰਦਾ, ਦੀਵਾਲੀ ਦਾ ਅੰਮ੍ਰਿਤ ਸੰਸਥਾ ਹੁੰਦਾ, ਤਾਂ ਸਮੇਂ ਦੇ ਉਦੋਂ ਜਿਹੜੀ ਸੰਗਤਾਂ ਦਾ ਨੇਮ ਬਣਿਆ ਹੁੰਦਾ ਨਾ, ਉਹ ਹਰ ਸਾਲ ਜਾਣੇ ਜਾਣੇ ਉਹ ਮਹੀਨਾ ਮਹੀਨਾ ਪਹਿਲਾਂ ਹੀ ਉੱਥੇ ਚੱਕਣ ਤਿਆਰੀਆਂ ਕਰਨ ਲੱਗ ਜਾਂਦੀਆਂ। ਉਹ ਜਦੋਂ ਗੁਰੂ ਨੂੰ ਯਾਦ ਕਰਦੇ ਆ ਵੀ ਉੱਥੇ ਜਾਣਾ, ਕੋਈ ਸੇਵਾ ਕਰਨੀ ਹੈ, ਕੋਈ ਨਾ ਕੋਈ ਸੇਵਾ, ਕੋਈ ਗੁਰਸਿੱਖ ਨੂੰ ਮਿਲ ਜਾਂਦੀ, ਕੋਈ ਡੰਗਰਾਂ ਦੀ ਸੇਵਾ ਕਰ ਲੈਂਦਾ, ਕੋਈ ਸੰਗਤ ਨੂੰ ਲਿਆਉਣ ਜਾਣ ਦੀ ਸੇਵਾ ਕਰ ਲੈਂਦਾ, ਕੋਈ ਨਿਗਰਾਂ ਦਾ ਗਰੀਬ ਇਕੱਲਾ ਹੀ ਚਲੋ ਜਾਵੇ ਤਾਂ ਵੀ ਉਹਨੂੰ ਦੇਖ ਕੇ ਦੂਜਿਆਂ ਦਾ ਕੀ ਕਰਦਾ, ਜਦ ਇਹ ਇਕੱਲਾ ਚੱਲੇ ਆਪਾਂ ਨੂੰ ਚੱਲ ਕਰਨੀ ਹੈ, ਕਿੰਨੇ ਬੰਦੇ ਦਾ ਭਲਾ ਹੁੰਦਾ। ਮੇਲਿਆਂ ਦਾ ਪੁਰਾਣੇ ਅਰਦਾਸ ਦੀ ਹੁਣ ਤਾਂ ਅਰਦਾਸ ਦੀ ਜਿਹੜੀ ਨਾ ਬੜੀ ਸਾਨੂੰ ਸੁਪੋਜ਼ਿਟਰੀ ਕਰਨੀ ਪੈਂਦੀ, ਪਹਿਲਾਂ ਅਰਦਾਸ ਜਦੋਂ ਤਖਤਾਂ ਦਾ ਨਾਮ ਲੈਂਦੇ ਸੀ, ਗੁਰਦੁਆਰਿਆਂ ਦਾ ਨਾਮ ਲੈਂਦੇ ਸੀ, ਨਾਮ ਸਰੋਵਰਾਂ ਦਾ ਵੀ ਲੈਂਦੇ, ਪੌੜੀਆਂ ਸਰੋਵਰਾਂ ਜੋੜ ਮੇਲਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੁਣ ਤਾਂ ਅਰਦਾਸ ਸੁਣਨ ਨੂੰ ਨਹੀਂ ਮਿਲਦੀ ਕਿਤੇ, ਪਹਿਲਾਂ ਅਰਦਾਸ ਹੁੰਦੀ ਕਹਿੰਦੇ ਜੋੜ ਮੇਲਿਆਂ ਦਾ ਧਿਆਨ ਕਰ, ਬੋਲੋ ਜੀ ਵਾਹਿਗੁਰੂ। ਕਿਉਂ ਕਹਿੰਦੇ ਸੀ? ਜੋੜ ਮੇਲਿਆਂ ਦੀ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਹੁੰਦਾ, ਉੱਥੇ ਜਾ ਕੇ ਮਤਲਬ ਹੋਲੇ ਮਹੱਲੇ ਚਲੇ ਜਾਈਏ ਜਾਂ ਫਤਿਹਗੜ੍ਹ ਸਾਹਿਬ ਚਲੇ ਜਾਈਏ ਤਾਂ ਕਈ ਕਈ ਮਹੀਨੇ ਉਹੀ ਚੀਜ਼ ਦਿਮਾਗ ਵਿੱਚ ਹੁੰਦੀ ਹੈ ਜੋ ਅਸੀਂ ਦੇਖਦੇ ਹਾਂ। ਸੰਗਤਾਂ ਦੇ ਦਰਸ਼ਨ ਕਰਦੇ ਹਾਂ, ਸਿੰਘਾਂ ਦੇ ਦਰਸ਼ਨ ਕਰਦੇ ਹਾਂ, ਗੁਰੂ ਘਰ ਦੇ ਦਰਸ਼ਨ ਕਰਦੇ ਹਾਂ, ਅਤੇ ਉਹ ਬੜਾ ਭਾਰੀ ਜੋੜ ਮੇਲਿਆਂ ਦਾ ਸਿੱਖੀ ਦੇ ਪ੍ਰਚਾਰ ਵਿੱਚ ਜੋੜ ਮੇਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਤੋ ਮਹਾਰਾਜ ਤੇ ਸਿੱਖਾਂ ਨੂੰ ਚਾਹ ਚੜ ਗਿਆ ਵੀ ਆਪਾਂ ਚਲੀਏ, ਵੀ ਗੋਬਿੰਦਵਾਲ ਸਾਹਿਬ ਮਹਾਰਾਜ ਨੇ ਯਾਦ ਕੀਤਾ, ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਵੀ ਕਰਾਂਗੇ, ਸੰਗਤਾਂ ਦੇ ਦਰਸ਼ਨ ਕਰਾਂਗੇ, ਸੇਵਾ ਕਰਾਂਗੇ। ਉਹ ਕਈ ਮਹੀਨੇ ਪਹਿਲਾਂ ਹੀ ਸਿੱਖ ਤਿਆਰੀ ਕਰਨ ਲੱਗ ਪਏ, ਚੌਗਣਾ ਚਾਹ ਉਹਨਾਂ ਨੂੰ ਛੱਡਿਆ, ਜਿੰਨੇ ਦੂਰ ਸਨ ਉਹਨਾਂ ਜ਼ਿਆਦਾ ਉਹਨਾਂ ਨੇ ਚਾਹ ਸੀ। ਕੋਈ ਪਸ਼ਾਵਰ ਤੋਂ ਆ ਰਿਹਾ ਸੀ, ਕੋਈ ਮੁਲਤਾਨ ਤੋਂ, ਕੋਈ ਲਾਹੌਰ ਤੋਂ, ਕੋਈ ਕਸ਼ਮੀਰ ਤੋਂ, ਕੋਈ ਲੰਮੇ ਦੇਸ਼ ਤੋਂ, ਕੋਈ ਨੱਬੇ ਦੇਸ਼ ਤੋਂ, ਕੋਈ ਧਨੀ ਭੇਸ ਤੋਂ, ਕੋਈ ਪੋਠੋਵਾਲ ਤੋਂ, ਕੋਈ ਰਾਵਲ ਪਿੰਡੀ ਤੋਂ, ਅਤੇ ਕੋਈ ਮਾਝੇ ਤੋਂ, ਕੋਈ ਮਾਲਵੇ ਤੋਂ, ਕੋਈ ਦੁਆਬੇ ਤੋਂ, ਕੋਈ ਪੁਆਲ ਤੋਂ, ਵੱਖਰੇ ਵੱਖਰੇ ਇਲਾਕਿਆਂ ਦਾ ਸਿੱਖਣ ਦੇ ਜਥਿਆਂ ਦੇ ਜਥੇ ਬੱਝ ਕੇ ਸ੍ਰੀ ਗੋਬਿੰਦਵਾਲ ਸਾਹਿਬ ਨੂੰ ਚੱਲ ਪਏ ਸਨ। ਹਾਂਜੀ, ਸਰਗੁਰੁੱਤ ਬੀਤ ਗਈ, ਕੋਈ ਸਿਸਰ ਪੱਤ ਝੜਦੀ ਰੁੱਤ ਵੀ ਬੀਤ ਗਈ, ਅਤੇ ਬਸੰਤ ਰੁੱਤ ਆ ਗਈ। ਜਦੋਂ ਬਸੰਤ ਰੁੱਤ ਆਈ, ਬਾਗਾਂ ਵਿੱਚ ਫੁੱਲ ਖਿੜਨ ਲੱਗ ਪਏ, ਫੁੱਲਾਂ ਦੇ ਫਲਾਂ ਦੇ ਬਹਾਰਾਂ ਵੀ ਸ਼ੁਰੂ ਹੋ ਗਈ,
under the most severe Ayub Basanta, Paravadam, is the harvest of the Ayub. Ayub Basanta, Paravadanta, Basanta of Ali, the Paravadi. Can't cut them open. Not about the Germany, not about the Sunday. I am a little bit of a I am a little bit of a little bit of a I am a little bit of a क्योंकि मौसम बढ़िया है जिन्होंने पूरा चल के आना उन्होंने सफर के लिए तंगी नहीं होगी जिन्हें बहुत गर्मी हो रही है सर्दी गर्मी हो रही है पूरा नहीं जाता दिन है सर्दी हो रही है तो रात किसे करते हैं ना सफर जरा मान सर्दी के अंदर क्योंकि रात रहने के जैसे आराम मिलती कमरा मिलता नहीं मिलता जो ये जरा चेतर का महीना दिन तुरन वेले बहुत ही गर्मी नहीं लगती तो रात में बड़ी ठंड नहीं केस को बुलाए के किसी को पिछाएंगे तो होने वाले का तुझे देखते ही साफ सुंदर की नाम प्रसाद बहुत बढ़िया और हमारे दसवीं पाशा में बोलना बना ले रहा ना ऐसे मौसम के लाया ना बहुत ही गर्मी होती है ना सर्दी होती है ऐसे तरह बसाती है मेला भी जो है वो भी बड़े बढ़िया मौसम का मेला है समझता सोई दिया ने अपना चलना है तो हमारा आज दर्शन तो हो गया ਜਿੱਥੇ ਕਿਤੇ ਗੁਰੂ ਦੇ ਸਿੱਖਾਂ ਨੇ ਜੱਥਿਆਂ ਦੇ ਜੱਥੇ ਪਾਣੀ ਦੇ ਸਰਸਾਏ ਹਨ ਪਿੰਡਾਂ ਤੋਂ ਸ਼ਹਿਰਾਂ ਤੋਂ ਦੂਰਾਂ ਦੇਸਾਂ ਪ੍ਰਦੇਸਾਂ ਤੋਂ ਦਰਸ਼ਨਾਂ ਵਾਸਤੇ ਸਿੱਖਾਂ ਨੇ ਆਪਣੇ ਗੱਡੇ ਜੋੜ ਲਏ ਪੁਰਾਣੇ ਜ਼ਮਾਨੇ ਦੇ ਗੱਡੇ ਜਿਹੜੇ ਹੁੰਦੇ ਸਨ ਗੱਡਿਆਂ ਰੇੜਿਆਂ ਦੇ ਪਾਣ ਬੱਚਿਆਂ ਬਾਹਰ ਹੁੰਦੇ ਸਨ ਕੋਈ ਪੈਂਦੇ ਸਨ ਕੋਈ ਖਾਣ ਪੀਣ ਦਾ ਸਮਾਨ ਵਿੱਚੇ ਰੱਖ ਲਿਆ ਜਿੱਥੇ ਵੇਖਿਆ ਵਿੱਚੇ ਪਕਾ ਲਈ ਤੁਰ ਪਏ ਇੱਦਾਂ ਕੋਈ ਗੱਡਿਆਂ ਤੇ ਕੋਈ ਪੈਦਲ ਨੇ ਕੋਈ ਘੋੜੀਆਂ ਤੇ ਕੋਈ ਊਠਾਂ ਤੇ ਜਿੱਦਾਂ ਜਿੱਦਾਂ ਦੇ ਕਿਸੇ ਦੇ ਕੋਲ ਸਾਧਨ ਸੀਗੇ ਸਿੱਖ ਗੋਇੰਦਵਾਲ ਸਾਹਿਬ ਦੇ ਰਾਹ ਤੇ ਟੋਲਿਆਂ ਦੇ ਟੋਲੇ ਬਣ ਕੇ ਕਾਫਲੇ ਬਣਾ ਕੇ ਸੰਗਤਾਂ ਆਉਣ ਲੱਗ ਪਈਆਂ ਦੋਵਾਂ ਦਿਸ਼ਾਂ ਤੋਂ ਰਸਤੂਆਂ ਲੈ ਕੇ ਪੇਟਾਵਾਂ ਲੈ ਕੇ ਕੋਈ ਲੰਗਰ ਵਾਸਤੇ ਆਟਾ ਲੈ ਕੇ ਆਇਆ ਕੋਈ ਮਿੱਠਾ ਗੁੜ ਲੈ ਕੇ ਆਇਆ ਕੋਈ ਸੱਕਰ ਲੈ ਕੇ ਆਇਆ ਕੋਈ ਘੀ ਲੈ ਕੇ ਆਇਆ ਕੋਈ ਦਾਲਾਂ ਸਬਜ਼ੀਆਂ ਕੋਈ ਜੋ ਜੋ ਕਿਸੇ ਦੀ ਸਮਰੱਥਾ ਸੀ ਮਹਾਰਾਜ ਦੇ ਲੰਗਰਾਂ ਵਾਸਤੇ ਪੇਟਾ ਸੰਗਤਾਂ ਲੈ ਕੇ ਚੱਲ ਪਈਆਂ ਦੂਰੋਂ ਦੂਰੋਂ ਆ ਕੇ ਸੰਗਤਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਹਨ ਸ੍ਰੀ ਗੋਇੰਦਵਾਲ ਸਾਹਿਬ ਮਿਲ ਕੇ ਬਹੁਤ ਵੱਡਾ ਮੇਲਾ ਹੈ ਮੇਲੇ ਦਾ ਮਤਲਬ ਵੀ ਮਿਲਣਾ ਇੱਕ ਦੂਜੇ ਨੂੰ ਮਿਲਣਾ ਮੇਲਾ ਲਵਾਇਆ ਹੀ ਇਸ ਕਰਕੇ ਭਾਈ ਪਾਰੋ ਜੀ ਨੇ ਗੋਇੰਦਵਾਲ ਸਾਹਿਬ ਨੂੰ ਬੇਨਤੀ ਕਰਕੇ ਵੀ ਸਿੱਖ ਜਿਹੜੇ ਨੇ ਵੱਖਰੇ ਵੱਖਰੇ ਦੇਸਾਂ ਦੇ ਰਹਿੰਦੇ ਨੇ ਅਤੇ ਕੋਈ ਕਿਸੇ ਟਾਈਮ ਆ ਜਾਂਦਾ ਗੁਰੂ ਘਰ ਕਿਸੇ ਟਾਈਮ ਆ ਜਾਂਦਾ ਇਕੱਠੇ ਨਹੀਂ ਆਉਂਦੇ ਇਕੱਠੇ ਨਹੀਂ ਆਉਂਦੇ ਆਪਸ ਜਾਣ ਪਛਾਣ ਨਹੀਂ ਬਣਦੀ ਜਥੇਬੰਦੀ ਨਹੀਂ ਬਣਦੀ ਇਸ ਕਰਕੇ ਹੁਣ ਮਹਾਰਾਜ ਸਾਹਿਬ ਜੀ ਦੇ ਚਰਨਾਂ ਨੂੰ ਮਿਲਦਾ ਹੋਇਆ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਚਕੋਰਾਂ ਕੱਠੀਆਂ ਚੰਦਰਮਾ ਦੇਖਣਾ ਚਾਹੁੰਦੇ ਹਾਂ
ਸਾਰੀਆਂ ਚਕੋਰਾਂ ਕੱਪੀਆਂ ਕਰਕੇ ਪੂਰਨਮਾਸ਼ੀ ਦੀ ਰਾਤ ਨੂੰ ਕਦੇ ਦੇਖੋ ਅਸੀਂ ਇੱਕ ਵਾਰੀ ਚਕੋਰਾਂ ਦਾ ਜੋੜਾ ਕਿੰਨੇ ਦਿਖਾਇਆ ਉੱਥੇ ਸਾਡੀਆਂ ਬਾਹਰ ਪੂਰਨਮਾਸ਼ੀ ਦੀ ਰਾਤ ਸਾਰੀ ਰਾਤ ਉਹ ਏਦਾਂ ਪਿੰਜਰਾ ਤੋੜ ਕੇ ਜਿਵੇਂ ਚੰਦਰਮਾ ਨੂੰ ਜਾ ਕੇ ਮਿਲਿਆ ਇੰਨਾ ਉਹਨਾਂ ਦਾ ਮਨ ਉੱਧਰ ਦੇਖਦੇ ਹਾਂ ਇਹਨੂੰ ਸਾਰੀ ਸਾਰੀ ਰਾਤ ਜਿਵੇਂ ਚਕੋਰ ਚੰਦਰਮਾ ਨੂੰ ਦੇਖਦੀ ਹੈ ਏਦਾਂ ਮਹਾਰਾਜ ਦੇ ਸਿੱਖ ਸਤਿਗੁਰੂ ਜੀ ਦੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਦੇ ਸਕਦੇ ਹੋ ਸ੍ਰੀ ਗੋਬਿੰਦਵਾਲ ਸਾਹਿਬ ਸੰਗਤਾਂ ਦੀ ਬਾਹਲੀ ਭੀੜ ਇੰਨਾ ਵੱਡਾ ਜੋੜ ਮੇਲਾ ਜਿੱਧਰ ਦੇਖੋ ਸੰਗਤਾਂ ਹੀ ਸੰਗਤਾਂ ਸਾਫਾ ਮਾਰ ਦਾ ਸਮੁੰਦਰ ਹੋ ਗਿਆ ਸੰਗਤਾਂ ਦਾ ਬਾਰਾਂ ਵਾਰ ਦਰਸ਼ਨ ਕਰਨ ਦੀ ਵਾਰੀ ਨਹੀਂ ਲੈਣਾ ਲਾਗੀਆਂ ਦਰਸ਼ਨ ਕਰਨ ਵਾਲਿਆਂ ਨੂੰ ਗਲੀਆਂ ਭਰੀਆਂ ਪਈਆਂ ਗੋਬਿੰਦਵਾਲ ਸਾਹਿਬ ਦੀ ਸੰਗਤਾਂ ਦੇ ਨਾਲ ਹਲਵਾਈਆਂ ਦੀਆਂ ਹੱਟੀਆਂ ਤੇ ਬੈਠੇ ਕੋਈ ਮਛਵਾਈ ਛੱਡ ਰਿਹਾ ਕੋਈ ਜਲੇਬੀਆਂ ਖਾ ਰਿਹਾ ਕੋਈ ਸਗਨ ਕਰ ਰਿਹਾ ਕੋਈ ਕੀਰਤਨ ਕਰ ਰਿਹਾ ਕੋਈ ਲੰਗਰ ਪਕਾ ਰਿਹਾ ਕੋਈ ਵਰਤਾ ਰਿਹਾ ਕੋਈ ਸ਼ਬਦ ਪੜ੍ਹ ਰਿਹਾ ਕੋਈ ਬਾਣੀ ਚ ਇਸ਼ਨਾਨ ਕਰ ਰਿਹਾ ਕੋਈ ਦੂਰ ਕੋਈ ਨੇੜੇ ਏਦਾਂ ਸੰਗਤਾਂ ਦੇ ਸਾਫ ਸੰਗਤ ਦੇ ਜਥਿਆਂ ਦੇ ਜਥੇ ਕਿਤੇ ਬੀਬੀਆਂ ਕਿਤੇ ਬੰਦੇ ਤੇ ਸਭ ਸੰਗਤਾਂ ਮਹਾਰਾਜ ਦਰਸ਼ਨ ਕਰਨ ਲਈ ਆਈਆਂ ਗੁਰੂ ਸਾਹਿਬ ਦੇ ਚਰਨਾਂ ਦੇ ਕੋਲ ਆ ਕੇ ਮੱਥਾ ਟੇਕਦੇ ਆਪਣੀ ਭੇਟਾ ਰੱਖ ਕੇ ਕੋਈ ਮਾਇਆ ਰੱਖਦਾ ਕੋਈ ਗੁੜ ਦੀ ਭੇਲੀ ਲਿਆ ਕੇ ਰੱਖਦਾ ਕੋਈ ਮਿੱਠਾ ਲਿਆਉਂਦਾ ਕੋਈ ਸ਼ੱਕਰ ਕੋਈ ਖੰਡ ਕੋਈ ਘਿਓ ਕੋਈ ਆਸਤਾ ਕੋਈ ਦਸਤਰ ਜਿੱਦਾਂ ਜਿੱਦਾਂ ਨੂੰ ਭੇਟਾ ਲੈ ਕੇ ਆਏ ਨੇ ਉਹ ਗੁਰੂ ਮਹਾਰਾਜ ਦੇ ਚਰਨਾਂ ਦੇ ਰੱਖ ਕੇ ਮੱਥਾ ਟੇਕਦੇ ਨੇ ਤੀਰਥ ਵਾਲੇ ਸਾਹਿਬ ਦੀਆਂ ਗਲੀਆਂ ਵਿੱਚ ਖੜੇ ਸਿੱਖ ਵਾਲੀ ਦੇਖਦੇ ਆਪਣੇ ਦਰਸ਼ਨਾਂ ਆ ਕੇ ਗੁਰੂ ਮਹਾਰਾਜ ਦਰਸ਼ਨ ਕਰਦੇ ਆ ਚੇਟਾ ਰਹਿ ਕੇ ਮੱਥਾ ਟੇਕ ਕੇ ਫਿਰ ਆਪਣੇ ਆਸਣ ਤੇ ਚਲੇ ਜਾਂਦੇ ਤੇ ਸਾਰੀਆਂ ਸੰਗਤਾਂ ਗੁਰੂ ਜੀ ਨੂੰ ਦਰਸ਼ਨ ਕਰ ਰਹੀਆਂ ਅਨੇਕਾਂ ਹੀ ਸਿੱਖ ਗੁਰੂ ਦੇ ਪਿਆਰੇ ਲੰਗਰ ਪਕਾਉਣ ਚ ਲੱਗੇ ਲੰਗਰ ਲਗਾਤਾਰ ਪੱਕ ਰਿਹਾ ਕਿਉਂਕਿ ਸੰਗਤਾਂ ਬਹੁਤ ਆਈਆਂ ਜਿਹੜੇ ਟਾਈਮ ਕੋਈ ਆਉਂਦਾ ਚੌਵੀ ਘੰਟੇ ਲੰਗਰ ਮਿਲੀ ਜਾਂਦਾ ਕਿਤੇ ਦਾਲਾਂ ਦੇ ਪਤੀਲੇ ਕਿਤੇ ਸਬਜ਼ੀਆਂ ਦੇ ਕੜਾਹੇ ਬਣਦੇ ਨੇ ਕਿਤੇ ਖੀਰਾਂ ਦੇ ਕੜਾਹੇ ਭਰ ਭਰ ਕੇ ਖੀਰ ਬਣ ਰਹੀ ਹੈ ਕਿਤੇ ਸਾਧ ਸੰਗਤ ਜੀ ਕੜਾਹ ਪ੍ਰਸ਼ਾਦ ਦੀਆਂ ਡੇਗਾਂ ਤੋਂ ਪਾਲਿਆ ਮਿਲ ਰਹੀਆਂ ਏਦਾਂ ਗੁਰੂ ਦੇ ਮੰਦਰਾਂ ਦੇ ਵਿੱਚ ਬੜੀ ਸੇਵਾ ਗੁਰੂ ਕਿਸ ਤੇ ਕਰ ਰਹੇ ਨੇ ਬੜੇ ਸਿੱਖ ਕਮਾਈ ਵਾਲੇ ਮਹਾਂਪੁਰਸ਼ ਗੁਰੂ ਦੇ ਲੰਗਰਾਂ ਚ ਪਕਾਉਂਦੇ ਨੇ ਲੰਗਰ ਪਾਣੀ ਭਰਨ ਦੀ ਸੇਵਾ ਕਰ ਪਾਣੀ ਤੋਂ ਅੱਜ ਕੱਲ੍ਹ ਟੂਟੀਆਂ ਜਿਹੜੀਆਂ ਲੱਗੀਆਂ ਹੋਈਆਂ ਲੰਗਰਾਂ ਚ ਏਦਾਂ ਨਹੀਂ ਸੀ ਹੁੰਦਾ ਖੂਹਾਂ ਤੋਂ ਭਰ ਕੇ ਲਿਆਉਣਾ ਪੈਂਦਾ ਪਾਣੀ ਡੋਲਾਂ ਵਿੱਚ ਜਾਂ ਚਾਦਰਾਂ ਵਿੱਚ ਜਾਂ ਘੜਿਆਂ ਤੇ ਮਟਕੀਆਂ ਜਾਂ ਵਹਿਲੀਆਂ ਵਿੱਚ ਤੇ ਜਾ ਕੇ ਮਸਤਾਂ ਭਰ ਕੇ ਲਿਆਉਂਦੇ ਸੀਗੇ ਸਿੱਖ ਭੱਜ ਭੱਜ ਕੇ ਪਾਣੀ ਭਰਨ ਤੇ ਲੱਗੇ ਸੈਂਕੜੇ ਸਿੱਧੀਆਂ ਪਾਣੀ ਭਰੀ ਜਾਂਦੇ ਸੰਗਤਾਂ ਵਾਸਤੇ ਪੀਣਾ ਵੀ ਸੰਗਤ ਨੇ ਇਸ਼ਨਾਨ ਵੀ ਕਰਨਾ ਤੇ ਸਿੱਖਾਂ ਨੂੰ ਜੋ ਵੀ ਚਾਹੀਦਾ ਜਿੱਥੇ ਜਿੱਥੇ ਘੋੜਿਆਂ ਨੂੰ ਵੀ ਪਾਣੀ ਪਿਆਉਣਾ ਉਹਨਾਂ ਕੋਲ ਆਵਾਜਾਈ ਦੇ ਸਾਧਨਾਂ ਦੇ ਘੋੜੇ ਹੁੰਦੇ ਸੀ ਪਸ਼ੂਆਂ ਵਾਸਤੇ ਵੀ ਭੱਜ ਭੱਜ ਕੇ ਸਿੱਖ ਪਾਣੀ ਦੀ ਸੇਵਾ ਕਰਦੇ ਆ ਡੇਰਿਆਂ ਵਿੱਚ ਜਾ ਜਾ ਕੇ ਛਪਾਉਂਦੇ ਬੜੇ ਪ੍ਰੇਮ ਨਾਲ ਸ਼ਰਧਾ ਨਾਲ ਸੇਵਾ ਕਰਦੇ ਆ ਸਾਰੀ ਸੰਗਤ ਖੁਸ਼ ਰਹੇ ਰਾਈ ਹੋਈ ਸੰਗਤ ਨੂੰ ਤੰਗੀ ਨਾ ਆਵੇ ਕਿਸੇ ਨੂੰ ਪਾਣੀ ਦੀ ਕਿਸੇ ਨੂੰ ਪ੍ਰਸ਼ਾਦ ਦੀ ਤੰਗੀ ਨਾ ਆਵੇ ਬੜਾ ਭਾਰੀ ਕੁਲਾਹਲ ਔਰ ਜੋ ਮੇਲਾ ਖੁਸ਼ੀ ਉਹ ਉੱਥੇ ਹੋਈ ਕਿ ਹਰ ਪਾਸੇ ਸੰਗਤਾਂ ਦੇ ਜਥਿਆਂ ਦੇ ਜਥੇ ਬਟਾਲੇ ਪੈਂਦੇ ਆ ਕੀਰਤਨ ਹੁੰਦਾ ਹੈ ਕੋਈ ਭਜਨ ਹੁੰਦਾ ਹੈ ਕੋਈ ਵਾਹਿਗੁਰੂ ਜਪ ਰਿਹਾ ਕੋਈ ਬਾਣੀ ਪੜ੍ਹ ਰਿਹਾ ਕੀਰਤਨ ਵਿੱਚ ਕੋਈ ਲੰਗਰ ਦੇ ਵਿੱਚ ਸੇਵਾ ਭੱਜ ਭੱਜ ਕੇ ਕਰ ਰਿਹਾ ਇਸ ਤਰ੍ਹਾਂ ਸਿੱਖ ਆਪਣਾ ਜੀਵਨ ਸਫਲਾ ਕਰ ਰਹੇ ਨੇ ਮਹਾਰਾਜ ਦੀ ਸੰਗਤ ਵੀ ਖੁਸ਼ੀ ਹੋ ਕੇ ਸੇਵਾ ਕਰ ਰਹੀ ਤੇ ਗੁਰੂ ਦਰਸ਼ਨ ਕਰ ਰਹੇ ਨੇ ਜਿਹੜੇ ਸੇਵਾ ਕਰ ਰਹੇ ਨੇ ਬਾਬਾ ਕੀਰਤਨ ਸਿੰਘ ਕਹਿ ਰਹੇ ਹੁੰਦੇ ਸੀ ਕਹਿੰਦੇ ਭਾਈ ਲੰਗਰ ਛਕਣ ਦੀ ਸੇਵਾ ਕਰੋ ਮੇਰੇ ਵਰਗੇ ਨਵਿਆਂ ਨੇ ਆਖਣਾ ਬਾਬਾ ਜੀ ਛਕਣ ਦੀ ਕਿਹੜੀ ਸੇਵਾ ਹੁੰਦੀ ਕਹਿੰਦੇ ਭਾਈ ਛਕਣ ਦੀ ਸੇਵਾ ਤਾਂ ਵੱਡੀ ਹੁੰਦੀ ਛਕਣ ਦੀ ਸੇਵਾ ਹੋਏਗੀ ਤਾਂ ਹੀ ਛਕਾਉਣ ਦੀ ਕਰੇਗਾ ਨਾ ਕੋਈ ਜੇ ਲੰਗਰ ਪਕਾਇਆ ਪਿਆ ਰਿਹਾ ਕਿ ਖਾਧਾ ਨਾ ਕਿਸੇ ਨੇ ਤਾਂ ਪਕਾਉਣ ਵਾਲੇ ਨੂੰ ਕੀ ਫਾਇਦਾ ਹੋਇਆ ਪਕਾਉਣ ਵਾਲੇ ਦੀ ਸੇਵਾ ਪਤਾ ਲੱਗਣੀ ਹੈ ਛਕਣ ਵਾਲਾ ਛਕੇਗਾ
ਸਭਨ ਦੀ ਵੀ ਸੇਵਾ ਕਰਦੇ ਨੇ ਸ਼ਤਾਨ ਦੀ ਵੀ ਸੇਵਾ ਕਰਦੇ ਨੇ ਸਿੱਖ ਹਾਂ ਆਪਸ ਵਿੱਚ ਪ੍ਰੇਮ ਬੜਾ ਕਰਦੇ ਸਾਥ ਲਈ ਪੂਰੀ ਤਰ੍ਹਾਂ ਸੇਖ ਨੂੰ ਵਿਅਕਤੀ ਸੇਖ ਦਾ ਮੱਥਾ ਕਰਨਾ ਚਾਹੀਦਾ ਖੁਸ਼ੀ ਹੋਣੀ ਚਾਹੀਦੀ ਫੁੱਲਾਂ ਦੇ ਮੁਸਕਰਾਹਟ ਹੋਣੀ ਚਾਹੀਦੀ ਅੱਖਾਂ ਚਮਕ ਆਉਣੀ ਚਾਹੀਦੀ ਤੇ ਜੇ ਸੇਖ ਨੂੰ ਵੇਖ ਕੇ ਮੱਥੇ ਤੇ ਤਿਉੜੀ ਪੈਂਦੀ ਹੈ ਤੇ ਫਿਰ ਕਾਹਦਾ ਸੇਖ ਹੋਇਆ ਆਖੋ ਸਤਨਾਮ ਸੇਖ ਦੇ ਦਰਸ਼ਨ ਕਰਕੇ ਅੱਖਾਂ ਦੇ ਵਿੱਚ ਚਮਕ ਆਵੇ ਮੱਥੇ ਤੇ ਖੁਸ਼ੀ ਹੋਵੇ ਫੁੱਲਾਂ ਤੇ ਮੁਸਕਰਾਹਟ ਹੋਵੇ ਹੱਥ ਜੁੜ ਜਾਣ ਕਦੇ ਗੱਜ ਕੇ ਬੋਲੇ ਇਸੇ ਕਰਕੇ ਤੁਹਾਡਾ ਹੁਕਮ ਆਗੇ ਆਪ ਸਿੰਘ ਜੀ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ ਤੇ ਜੇ ਸੇਖ ਨੂੰ ਵੇਖ ਤੋਂ ਮਥੇ ਤਿਉੜੀ ਪਾ ਲਈ ਅੱਖਾਂ ਹੋਰ ਤਰ੍ਹਾਂ ਕਰ ਲਈਆਂ ਤੇ ਫਿਰ ਸਾਹਿਬ ਸਿੰਘ ਜੀ ਸਿੱਖ ਤਾਂ ਨਾ ਹੋਣਾ ਦੇਖੋ ਇੱਥੇ ਮਹਾਰਾਜ ਲਿਖਿਆ ਇਤਿਹਾਸ ਵਿੱਚ ਉਹ ਸਿੱਖ ਜਿਹੜੇ ਗੁਰਦੁਆਰਾ ਸਾਹਿਬ ਆਏ ਨੇ ਕੋਈ ਸੇਵਾ ਕਰ ਰਿਹਾ ਸ਼ਗਨ ਦੀ ਤੇ ਕੋਈ ਛਕਾਉਣ ਦੀ ਤਾਂ ਖੁਸ਼ੀ ਪਾ ਰਿਹਾ ਉਹਨਾਂ ਨੂੰ ਏਦਾਂ ਲੱਗਦਾ ਜਿਵੇਂ ਆਪਣੇ ਪਰਿਵਾਰ ਚ ਬੈਠੇ ਹਾਂ ਸਾਰਾ ਪਰਿਵਾਰ ਹੈ ਗੁਰੂ ਸਾਡਾ ਪਿਓ ਹੈ ਅਸੀਂ ਭੈਣ ਭਰਾ ਬੱਚੇ ਇਕੱਠੇ ਜਿਵੇਂ ਵਿਆਹ ਸ਼ਾਦੀ ਦੇ ਆਪਣੇ ਪਰਿਵਾਰ ਚ ਇਕੱਠੇ ਹੋ ਕੇ ਖੁਸ਼ੀ ਹੁੰਦੀ ਹੈ ਏਦਾਂ ਗੁਰੂ ਦੇ ਜੋੜ ਵੇਲਿਆਂ ਦੇ ਖਾਲਸੇ ਨੂੰ ਖੁਸ਼ੀ ਹੁੰਦੀ ਹੈ ਆਪਣੇ ਸਤਿਨਾਮ ਸਿੰਘ ਗੁਰੂ ਨਾਲ ਜਿਹੜਾ ਪਿਆਰ ਕਰਦੇ ਜਿਹੜੇ ਗੁਰੂ ਨਾਲ ਪਿਆਰ ਨਹੀਂ ਕਰਦੇ ਉਹ ਸਿੱਖਾਂ ਨਾਲ ਵੀ ਪਿਆਰ ਨਹੀਂ ਕਰਦੇ ਸਿੱਖਾਂ ਨਾਲ ਪਿਆਰ ਉਹ ਕਰਦਾ ਜਿਹੜਾ ਸਿੱਖ ਨਾਲ ਪਿਆਰ ਕਰਦਾ ਸਮਝੋ ਉਹਦਾ ਗੁਰੂ ਨਾਲ ਪਿਆਰ ਹੈ ਜਿਹੜਾ ਸਿੱਖ ਨਾਲ ਨਫ਼ਰਤ ਕਰਦਾ ਸਮਝੋ ਗੁਰੂ ਨਾਲ ਕੋਈ ਉਹਦੀ ਰਿਸ਼ਤੀ ਨਹੀਂ ਹੈ ਇਹੋ ਜਿਹੇ ਸੇਖ ਮਹਾਰਾਜ ਦੇ ਬੜੇ ਪਿਆਰ ਨਾਲ ਆਪਣੇ ਸੇਵਾ ਕਰਦੇ ਜਦੋਂ ਸੇਖ ਮਿਲਦੇ ਨੇ ਬਹਿੰਦੇ ਨੇ ਦੋ ਚਾਰ ਜਿੱਥੇ ਜਿੱਥੇ ਆਰਾਮ ਕਰਨ ਲਈ ਬਹਿ ਜਾਂਦੇ ਨੇ ਕੋਈ ਓਦਾਂ ਦੋ ਚਾਰ ਸਿੱਖ ਬਹਿ ਜਾਂਦੇ ਨੇ ਦਸ ਸਿੱਖ ਬਹਿ ਜਾਂਦੇ ਨੇ ਉਹ ਗੱਲਾਂ ਜਿਹੜੀਆਂ ਕਰਦੇ ਸਾਡੇ ਤਰ੍ਹਾਂ ਨਹੀਂ ਸੁਣਾਓ ਜੀ ਨਵੀਂ ਤਰ੍ਹਾਂ ਕੌਣ ਜੰਮਿਆ ਕੌਣ ਮਰਿਆ ਫਲਾਣੇ ਦਾ ਕੀ ਬਣਿਆ ਉਹਦਾ ਕੀ ਹੋਇਆ ਇਹ ਗੱਲਾਂ ਨਹੀਂ ਕਰਦੇ ਉਹ ਕੀ ਗੱਲ ਕਰਦੇ ਨੇ ਉਹ ਗੁਰੂ ਦਾ ਜਸ ਕਰਦੇ ਗੁਰੂ ਦੇ ਬਚਨ ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਦੀ ਸਾਥੀਆਂ ਗੁਰੂ ਸਾਹਿਬ ਦੀ ਗੁਰਿਆਈਆਂ ਕਰਦੇ ਨੇ ਕਿਉਂਕਿ ਸਿੱਖ ਦੀ ਜ਼ਿੰਦਗੀ ਦਾ ਹਰ ਪਲ ਗੁਰੂ ਵਾਸਤੇ ਨਹੀਂ ਚਾਹੀਦਾ ਹਰ ਵੇਲੇ ਗੁਰੂ ਦੀ ਉਸਤ ਕਹੀ ਜਾ ਰਹੀ ਸ੍ਰੀ ਗੋਇੰਦਵਾਲ ਸਾਹਿਬ ਸੰਗਤਾਂ ਵਿੱਚ ਬਹੁਤ ਹੀ ਉਤਸ਼ਾਹ ਬੜਾ ਹੀ ਆਨੰਦ ਹੈ ਬਹੁਤ ਹੀ ਖੁਸ਼ੀ ਮਿਲ ਰਹੀ ਹੈ ਇਹ ਮਨ ਦੀ ਖੁਸ਼ੀ ਹੈ ਸ਼ਾਂਤੀ ਹੈ ਟਿਕਾ ਹੈ ਗੁਰੂ ਦੇ ਸਿੱਖਾਂ ਦੇ ਮਨ ਨੂੰ ਇਸ ਮੇਲੇ ਦਾ ਸੁੱਖ ਸਾਰੇ ਹੀ ਲੈ ਰਹੇ ਸਾਰਿਆਂ ਨੂੰ ਆਨੰਦ ਆ ਰਿਹਾ ਹੈ ਮੇਲੇ ਦਾ ਬਹੁਤ ਲਾਭ ਹੋਇਆ ਇਹ ਮੇਲਾ ਭਾਈ ਪਾਵਨ ਜੀ ਨੇ ਕਹਿ ਕੇ ਬੁਲਾਇਆ ਸੀ ਮਹਾਂ ਪੁਰਸ਼ਾਂ ਦਾ ਭਾਈ ਪਾਵਨ ਜੀ ਦਾ ਪਾਸ ਸਾਡੇ ਉੱਤੇ ਅੱਜ ਤੱਕ ਵਿਸਾਖੀ ਦਾ ਮੇਲਾ ਚੱਲਿਆ ਹੈ ਪਿੰਡਵਾਲਾ ਭਾਈ ਪਾਵੋ ਨੇ ਸੀ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਗੁਰੂ ਰਾਮਦਾਸ ਦੇ ਸਮੇਂ ਵੀ ਲੱਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਵੀ ਅੰਮ੍ਰਿਤਸਰ ਲੱਗਿਆ ਰਿਹਾ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਅੰਮ੍ਰਿਤਸਰ ਵੀ ਲੱਗਿਆ ਅਤੇ ਕੀਰਤਪੁਰ ਸਾਹਿਬ ਵੀ ਲੱਗਿਆ ਗੁਰੂ ਆਰਾਏ ਸਾਹਿਬ ਦੇ ਸਮੇਂ ਕੀਰਤਪੁਰ ਸਾਹਿਬ ਲੱਗਿਆ ਸਤਾਰਾਂ ਸਾਲ ਸ੍ਰੀ ਮਹਾਰਾਜ ਜੀ ਹਰਕ੍ਰਿਸ਼ਨ ਸਾਹਿਬ ਦੇ ਸਮੇਂ ਵੀ ਮੇਲਾ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਵੀ ਮੇਲਾ ਦਸਵੇਂ ਪਾਤਸ਼ਾਹ ਦੇ ਸਮੇਂ ਵੀ ਵਿਸਾਖੀ ਦਾ ਮੇਲਾ ਲੱਗਦਾ ਸੀ ਤਾਂ ਹੀ ਤੇ 1600 ਦੀ ਉਮੀਦ ਹੀ ਵਿਸਾਖੀ ਨੂੰ ਦਸਵੇਂ ਪਾਤਸ਼ਾਹ ਨੇ ਖਾਸ ਕਰਕੇ ਇਹ ਮੇਲਾ ਵੱਧਦਾ ਹੀ ਗਿਆ ਜਿੱਥੇ ਗੁਰੂ ਸਾਹਿਬ ਰਹਿੰਦੇ ਉੱਥੇ ਮੇਲਾ ਲੱਗਦਾ ਜਿੱਥੇ ਸ਼ੁਰੂ ਹੋਇਆ ਉੱਥੇ ਵੀ ਲੱਗਦਾ ਹੈ ਕੋਈ ਜਵਾਬ ਵੀ ਲੱਗਦਾ ਔਰ ਵਿਸਾਖੀ ਦੇ ਮੇਲਾ ਉੱਥੇ ਹੁਣ ਵੀ ਲੱਗਦਾ ਅੰਮ੍ਰਿਤਸਰ ਵੀ ਲੱਗਦਾ ਦਮਦਮੇ ਸਾਹਿਬ ਵੀ ਵਿਸਾਖੀ ਦਾ ਮੇਲਾ ਬਹੁਤ ਵੱਡਾ ਧਰਦਾ ਅਨੰਦਪੁਰ ਸਾਹਿਬ ਵੀ ਮਹਾਰਾਜ ਦੀ ਕਿਰਪਾ ਨਾਲ ਸਰਕੀ ਦਾ ਮੇਲਾ ਬਹੁਤ ਭਰਦਾ ਫਿਰ ਸਾਧ ਸੰਗਤ ਜੀ ਅਜੋਨੀ ਸਾਹਿਬ ਪਟਨਾ ਸਾਹਿਬ ਉੱਥੇ ਵੀ ਸਰਕੀ ਦਾ ਮੇਲਾ ਭਰਦਾ ਤੇ ਵਿਸਾਖੀ ਦਾ ਇੱਕ ਐਸਾ ਜੋੜ ਮੇਲਾ ਹੈ ਕਿ ਮਹਾਰਾਜ ਜੀ ਇਹੋ ਜਿਹੀ ਕਿਰਪਾ ਵੀ ਭਾਵੇਂ ਕਿਸੇ ਪਿੰਡ 'ਚ ਚਾਰ ਘਰ ਸਿੱਖਾਂ ਦੇ ਹੋਣ ਉੱਥੇ ਵੀ ਮੇਲਾ ਲੱਗ ਹੀ ਜਾਂਦਾ ਉਹ ਜੋੜ ਮੇਲਾ ਹੋ ਜਾ ਮਹਾਰਾਜ ਖੁਸ਼ੀ ਹੁੰਦੀ ਕੋਈ ਇਹੋ ਜਿਹੀ ਵੈਸਾਖ ਭਲਾ ਸਾਖਾ ਰੇਸ ਕਰੇ ਤੇ ਬਦਲ ਗੁਰੂ ਨਾਨਕ ਦੇਵ ਜੀ ਦੇ ਨੇ ਵੈਸਾਖ ਭਲਾ ਸਾਖਾ ਰੇਸ ਕਰੇ ਸਾਖਾ ਕਹਿੰਦਾ ਪਾਣੀ ਹਨ ਵੈਸਾਖ ਦਾ ਮਤਲਬ ਜਦੋਂ ਪਾਣੀ 'ਚ ਛਿੜ ਜਾਂਦੀ ਵੈ ਮੈਨੇ ਛਿੜਨਾ ਵਿਗਾਸ ਵਿਗਾਸ ਸਾਖ ਮੈਨੇ ਟਾਹਣੀਆਂ ਜਦੋਂ ਬਰਫ਼ ਦੀਆਂ ਟਾਹਣੀਆਂ ਕਰੂੰਬਲਾਂ ਨਵੀਆਂ ਫੁੱਟਦੀਆਂ ਨਵੇਂ ਪੱਤੇ ਆਉਂਦੇ ਨਵੇਂ ਨਵੇਂ ਹਰੇ ਹਰੇ ਤੇ ਉਹਦਾ ਮਹਾਰਾਜ ਕਹਿੰਦੇ ਵੈ ਸਾਖ ਹੁੰਦਾ ਵੈਸਾਖੀ ਦਾ ਮਤਲਬ ਹੈ ਜਦੋਂ
ਬਾਹਰ ਸਾਰੀ ਧਰਤੀ ਖੁਸ਼ ਹੁੰਦੀ ਹੈ ਉਦੋਂ ਆਤਮਾ ਵੀ ਖਾਲਸਾ ਦੇ ਵਿੱਚ ਖੁਸ਼ ਹੁੰਦੀ ਹੈ ਤੇ ਗੁਰੂ ਸਾਹਿਬ ਨੇ ਸਾਨੂੰ ਨਵਾਂ ਰੰਗ ਖਾਲਸਾ ਪੰਥ ਸਾਹਿਬ ਕੇ ਦਿੱਤਾ ਦਸਵੇਂ ਪਾਤਸ਼ਾਹ ਪਰ ਇਹ ਮੇਲਾ ਸ਼ੁਰੂ ਹੋਇਆ ਸਾਹਿਬ ਗੁਰੂ ਅਮਰਦਾਸ ਜੀ ਹਾਂਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਜੋੜ ਮੇਲਾ ਇੰਨਾ ਜ਼ਿਆਦਾ ਹੋਇਆ ਬਹੁਤ ਸੰਗਤਾਰੀਆਂ ਅੰਤਿ ਨਗਰ ਗਿਆ ਹਾਂਜੀ ਗੁਰੂ ਅਮਰਦਾਸ ਸਾਹਿਬ ਜੀ ਵਚਨ ਕੀਤਾ ਨਾਲੇ ਕਹਿੰਦੇ ਰਾਮਦਾਸ ਕਿਤੇ ਮੇਲੇ ਜੋ ਬਹੁਤ ਸੇਵਾ ਚੱਲ ਰਹੀ ਸੀ ਤੇ ਗੁਰੂ ਸਾਹਿਬ ਹਰ ਚੀਜ਼ ਦਾ ਧਿਆਨ ਰੱਖਦੇ ਸਨ ਦੋ ਦਿਨ ਹੋ ਗਏ ਨੇ ਤੇ ਤਿੰਨ ਦਿਨ ਹੋ ਗਏ ਨੇ ਰਾਮਦਾਸ ਜੀ ਦੇਖਿਆ ਕਿੱਥੇ ਹਾਂਜੀ ਸਾਡੇ ਕੋਲ ਕੋਈ ਨੀ ਕਿੱਥੇ ਗਿਆ ਹੈ ਦੇਖਿਆ ਨੀ ਅਸੀਂ ਕੱਲ੍ਹ ਪਰਸੋਂ ਦਾ ਉਹਨੂੰ ਹਾਂਜੀ ਭਾਈ ਬੰਧੂ ਜੀ ਮਾਰੇ ਨੇ ਕਿਹਾ ਗੁਰੂ ਅਮਰਦਾਸ ਸਾਹਿਬ ਜੀ ਵੈਸੇ ਸੇਵਾ ਰਾਮਦਾਸ ਜੀ ਨੇ ਬਹੁਤ ਕੀਤੀ ਪਰ ਜਿਹੜੀ ਉਹਨਾਂ ਨੇ ਸਰੀਰ ਦੀ ਸੇਵਾ ਸੀ ਗੁਰੂ ਅਮਰਦਾਸ ਸਾਹਿਬ ਜੀ ਦੀ ਗੁਰਮਈ ਦੀ ਭਾਈ ਸਾਹਿਬ ਭਾਈ ਬੰਧੂ ਜੀ ਭਾਈ ਸਾਹਿਬ ਉਹਨਾਂ ਨੇ ਸੇਵਾ ਕੀਤੀ ਸੱਚੇ ਭਾਈ ਸਾਹਿਬ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾਉਣਾ ਵਸਤਰ ਧੋਤੇ ਦੇਣੇ ਸਾਰੀਆਂ ਦੇ ਹਰ ਵੇਲੇ ਖੜੇ ਰਹਿਣਾ ਕੋਲ ਇਹ ਭਾਈ ਬੰਧੂ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ ਉਹਨਾਂ ਨੂੰ ਦਾਜ ਪ੍ਰਾਪਤ ਭਾਈ ਬੰਧੂ ਸਾਹਿਬ ਜੀ ਨੇ ਹੱਥ ਜੋੜ ਕੇ ਦੱਸਿਆ ਤੇਵਾਰੇ ਰਾਮਦਾਸ ਜੀ ਇੱਥੇ ਹੀ ਨੇ ਉਹ ਸੰਗਤ ਦੀ ਸੇਵਾ ਕਰ ਰਹੇ ਜਦੋਂ ਦਾ ਮੇਲਾ ਸ਼ੁਰੂ ਹੋਇਆ ਉਹਨਾਂ ਨੇ ਨਾ ਬੈਠੇ ਨੇ ਨਾ ਸੁੱਤੇ ਨੇ ਉਦੋਂ ਦੌੜ ਦੌੜ ਕੇ ਸੇਵਾ ਕਰੀ ਜਾਂਦੇ ਉਹ ਲੰਗਰ ਚ ਖੜੇ ਨੇ ਆਪ ਲੰਗਰ ਦੇਖ ਰੇਖ ਵੀ ਕਰ ਰਹੇ ਨੇ ਲਾਂਗਰੀਆਂ ਨੂੰ ਰਸ ਦਰਸ਼ਨ ਪਾਣੀ ਵੀ ਖੜਾਉਂਦੇ ਨੇ ਆਪ ਵੀ ਪਰਚਾ ਦੇਖਦੇ ਨੇ ਲੰਗਰ ਪਕ ਜਾਂਦਾ ਵਰਤਾਨ ਲੱਗ ਜਾਂਦੇ ਨੇ ਜਿਹੜੀ ਵੀ ਕਿਤੇ ਕੁਛ ਲੋੜ ਹੁੰਦੀ ਹੈ ਨਾ ਉਹ ਸੰਭਾਲਦੇ ਨੇ ਰਾਮਦਾਸ ਜੀ ਹਾਂਜੀ ਪੰਡਤਾਂ ਨੂੰ ਪਛਾਣਦੇ ਨੇ ਲੰਮੀਆਂ ਪੰਡਤਾਂ ਲਾ ਕੇ ਉਹਨਾਂ ਨੂੰ ਨਾਮ ਜਪਾਉਂਦੇ ਨੇ ਨਾਲ ਉਹਨਾਂ ਨੂੰ ਲੰਗਰ ਛਕਾਉਂਦੇ ਨੇ ਜੇ ਪਾਣੀ ਦੀ ਲੋੜ ਹੋਵੇ ਤੇ ਠੰਡਾ ਪਾਣੀ ਖੂਹ ਤੋਂ ਭਰ ਕੇ ਲਿਆਉਂਦੇ ਨੇ ਰਾਮਦਾਸ ਜੀ ਪਾਣੀ ਪਿਆਉਂਦੇ ਨੇ ਪ੍ਰਸ਼ਾਦਾ ਵਰਤਾਉਂਦੇ ਨੇ ਦਾਲਾਂ ਵਰਤਾਉਂਦੇ ਨੇ ਲੰਗਰ ਪਕਾਉਂਦੇ ਨੇ ਉਹਨਾਂ ਦਿਨੇ ਸੁਣਦੇ ਨੇ ਨਾ ਰਾਤੀ ਭੱਜ ਭੱਜ ਕੇ ਨਾਲੇ ਤੌਰ ਦੀ ਸੰਗਤ ਨੂੰ ਸੇਵਾ ਕਰ ਰਹੇ ਨੇ ਉਹ ਸਾਰਿਆਂ ਨੂੰ ਜਾ ਜਾ ਕੇ ਪੁੱਛਦੇ ਨੇ ਭਾਈ ਲੰਗਰ ਛੱਡ ਲਿਆ ਕਿਸੇ ਨੂੰ ਪਿਆਸ ਤਾਂ ਨਹੀਂ ਕਿਸੇ ਨੂੰ ਭੁੱਖ ਤਾਂ ਨਹੀਂ ਕੋਈ ਕਿਸੇ ਨੂੰ ਉਸ ਤੋਂ ਛੋਟੇ ਬੱਚੇ ਨਾਲ ਆਏ ਹੋ ਬੀਬੀਆਂ ਨੂੰ ਦੁੱਧ ਦੀ ਲੋੜ ਹੈ ਉਹ ਦੁੱਧ ਉਹਨਾਂ ਬੱਚਿਆਂ ਵਾਸਤੇ ਬੰਦੋਬਸਤ ਕਰਕੇ ਰਹਿੰਦੇ ਨੇ ਇੱਕ ਬੜੀ ਜ਼ਿੰਮੇਵਾਰੀ ਨਾਲ ਰਾਮਦਾਸ ਜੀ ਸੇਵਾ ਕਰ ਰਹੇ ਨੇ ਜੋ ਸਿੱਖਾਂ ਨੂੰ ਲੋੜ ਹੈ ਉਹ ਦਿੰਦੇ ਨੇ ਜੋ ਕਿਸੇ ਨੂੰ ਵੱਡੇ ਛੋਟੇ ਨੂੰ ਬੱਚੇ ਤੋਂ ਲੈ ਕੇ ਬੁੱਢੇ ਤੱਕ ਕਿਸੇ ਦੀ ਵੀ ਕੋਈ ਹੈਲਪ ਕਰਨੀ ਰਾਮਦਾਸ ਜੀ ਕਰਦੇ ਨੇ ਤੇ ਜਦੋਂ ਸੰਗਤ ਜਵਾਨ ਸਰ ਜਾਂਦਾ ਹੈ ਕੋਲ ਗਰਮੀ ਹੁੰਦਾ ਤੇ ਪੱਖੇ ਦੀ ਲੋੜ ਹੈ ਉਹ ਹੱਥ 'ਚ ਪੱਖਾ ਫੜੀ ਚਲਦੇ ਨੇ ਫਿਰ ਪੱਖਾ ਚੱਲਦੇ ਨੇ ਹਾਂਜੀ ਜਦੋਂ ਗਰਮੀ ਹੁੰਦੀ ਹੈ ਦੁਪਹਿਰ ਵੇਲੇ ਤੇ ਉਹ ਫਿਰ ਪੱਖਾ ਚੱਲਦੇ ਨੇ ਸੰਗਤ ਨੂੰ ਵੀ ਠੰਡ ਗਰਮੀ ਨਾ ਲੱਗੇ ਹਾਂਜੀ ਸ੍ਰੀ ਰਾਮਦਾਸ ਸੰਗਤ ਨੂੰ ਖੁਸ਼ ਕਰ ਰਹੇ ਨੇ ਇੱਧਰ ਉੱਧਰ ਦੌੜ ਕੇ ਸੇਵਾ ਪੁੱਛਦੇ ਨੇ ਡੇਰਿਆਂ ਵਿੱਚ ਜਾਂਦੇ ਨੇ ਸਿੱਖਾਂ ਦੇ ਭਾਈ ਤੁਹਾਨੂੰ ਕੋਈ ਤੰਗੀ ਤਾਂ ਨਹੀਂ ਕੋਈ ਜਲ ਜੀ ਕੋਈ ਕਿਸੇ ਚੀਜ਼ ਦੀ ਲੰਗਰ ਪ੍ਰਸ਼ਾਦ ਦੇਣੀ ਤੇ ਜੇ ਕੋਈ ਕਿਸੇ ਨੂੰ ਲੋੜ ਹੋਵੇ ਉਸੇ ਵੇਲੇ ਬੰਦੋਬਸਤ ਕਰਕੇ ਦਿੰਦੇ ਨੇ ਹਾਂ ਜੇ ਕਿਸੇ ਨੂੰ ਪ੍ਰਸ਼ਾਦਾ ਚਾਹੀਦਾ ਉਹਨੂੰ ਪ੍ਰਸ਼ਾਦਾ ਜੇ ਕਿਸੇ ਨੂੰ ਪਾਣੀ ਚਾਹੀਦਾ ਉਹਨੂੰ ਪਾਣੀ ਜੇ ਕਿਸੇ ਬੱਚਿਆਂ ਵਾਲਾ ਕੋਈ ਛੋਟੇ ਬੱਚੇ ਨੇ ਨਾਲ ਦੁੱਧ ਕੁਛ ਮਿਲੇ ਤਾਂ ਉਹ ਗਰਮ ਕਰਕੇ ਦੁੱਧ ਵੀ ਉਹਨਾਂ ਦੇ ਬੱਚਿਆਂ ਦੇ ਵਾਸਤੇ ਉਹਨਾਂ ਦੇ ਆਸਮਾਨ ਤੇ ਛੱਡ ਕੇ ਆਉਂਦੇ ਨੇ ਇਸ ਤਰ੍ਹਾਂ ਦੀ ਸੇਵਾ ਗੁਰੂ ਰਾਮਦਾਸ ਮਹਾਰਾਜ ਕਰਦੇ ਸੀ ਉਸ ਵੇਲੇ ਗੁਰੂ ਨਹੀਂ ਸੀ ਬਣੇ ਉਹਨਾਂ ਨੂੰ ਇਕੱਲੇ ਸ੍ਰੀ ਰਾਮਦਾਸ ਕਹਿਣ ਦਿੱਤੇ ਤੇ ਸ੍ਰੀ ਰਾਮਦਾਸ ਜੀ ਸੇਵਾ ਕਰ ਰਹੇ ਨੇ ਭਾਈ ਬੰਦੀ ਵੀ ਦੱਸਦੇ ਨੇ ਸ੍ਰੀ ਰਾਮਦਾਸ ਜੀ ਗੁਰੂ ਜੀ ਇਸ ਕਰਕੇ ਉਹ ਦੋ ਦਿਨ ਤੋਂ ਆਉਣ ਆ ਨਹੀਂ ਸਕੇ ਤੁਹਾਡੇ ਚਰਨਾਂ ਵਿੱਚ
ਉਹਨਾਂ ਨੇ ਬਣਿਆ ਕਿ ਉਹ ਸੇਵਾ ਦੇ ਟੀਮ ਨੇ ਜਿਹੜਾ ਮਦਨ ਹੋ ਗਏ ਕਿ ਉਹ ਸੇਵਾ ਤੋਂ ਨਿਕਲ ਨਹੀਂ ਸਕਦੇ ਕਿਤੇ ਥੋੜੇ ਨਹੀਂ ਹਾਂਜੀ ਕਿਉਂਕਿ ਕੰਮ ਬੜਾ ਵੱਡਾ ਹੈ ਜਿੱਦਾਂ ਬਹੁਤ ਵੱਡਾ ਇੰਨੀ ਮੇਰੇ ਨੂੰ ਸਾਂਭਣਾ ਬੜਾ ਲੰਗਰ ਕਮੀ ਨਹੀਂ ਆਉਣ ਦਿੰਦੇ ਉਹ ਲਗਾਤਾਰ ਲੰਗਰ ਪੱਕ ਰਿਹਾ ਦਿਨ ਰਾਤ ਲੰਗਰ ਪੱਕ ਰਿਹਾ ਅਤੇ ਰਾਮਦਾਸ ਜੀ ਲੰਗਰ 'ਚ ਖੜੇ ਸਿੱਖਾਂ ਦੇ ਨਾਲ ਸਾਰੀ ਜ਼ਿੰਮੇਵਾਰੀ ਨਾਲ ਆਪਣੀ ਦੇਖ ਰਹੇ ਹਨ ਲੰਗਰ ਪਕਵਾ ਰਹੇ ਨੇ ਅਤੇ ਵਰਤਵਾ ਰਹੇ ਨੇ ਇਹ ਸੁਣ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਜ਼ਿਆਦਾ ਖੁਸ਼ ਹਨ ਜੋ ਬਹੁਤ ਕਿਰਪਾ ਦੇ ਘਰ 'ਚ ਆ ਕੇ ਬੋਲੇ ਬਦਰ ਗੀਤਾ ਆਰਾਮਦਾਸ ਧੰਮ ਉੱਥੇ ਸੀ ਐਵੇਂ ਨਹੀਂ ਸਾਧ ਸੰਗਤ ਹਰਿਮੰਦਰ ਸਾਹਿਬ ਤੁਸੀਂ ਜਾਓ ਨਾ ਕਦੇ ਉੱਥੇ ਕਈ ਥਾਵਾਂ 'ਤੇ ਲਿਖਿਆ ਹੁੰਦਾ ਧੰਮ ਧੰਮ ਸ੍ਰੀ ਗੁਰੂ ਅਮਰਦਾਸ ਕਈ ਵਾਰੀ ਕਈ ਬੰਦੇ ਜਗਰਾਸਾ ਹੁੰਦੀ ਜਾਤੀ ਗੁਰੂਆਂ ਦੇ ਨਾਲ ਜਦੋਂ ਧੰਮ ਧੰਮ ਕਰਕੇ ਲਿਖਿਆ ਇੱਥੇ ਜਿੱਥੇ ਦੇਖੋ ਉੱਥੇ ਧੰਮ ਗੁਰੂ ਆਉਂਦਾ ਜਿਹੜਾ ਵੀ ਕੋਈ ਆਉਂਦਾ ਉਹਦੇ ਮੂੰਹ 'ਤੇ ਨਿਕਲਦਾ ਧੰਮ ਗੁਰੂ ਆਉਂਦਾ ਇਹ ਬਚਨ ਗੁਰੂ ਅਮਰਦਾਸ ਜੀ ਨੇ ਬਖਸ਼ੇ ਧੰਮ ਧੰਨ ਤੇ ਬਾਣੀ ਦੀ ਵੀ ਗੱਲ ਲਿਖਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸੋਵਾਂਗੇ ਪੂਰੀ ਹੋਈ ਕਰਾ ਮਾਤਾ ਸਿਰਜਣ ਹਾਰੇ ਧਾਰੇ ਤੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਤੁਹਾਰੇ ਪੂਰਨ ਕਾਲ ਕਟਾਇਆ ਅੰਮ੍ਰਿਤ ਸਰਬੇ ਜੋਤ ਜਗਾਵੇ ਕੋਈ ਬੰਦਾ ਹਿੰਦੂ ਮੁਸਲਮਾਨ ਆਦਿ ਦਰਬਾਰ ਸਾਹਿਬ ਜਾਏ ਉੱਥੇ ਤੇ ਉਹ ਸਰੋਵਰ ਇਸ਼ਨਾਨ ਕਰਨ ਲੱਗੇ ਧੰਨ ਤੋਂ ਧੰਨ ਗੁਰੂ ਰਾਮਦਾਸ ਨਿਕਲਦਾ ਜਦੋਂ ਗੁਰੂ ਦੇ ਗੁਰਾਮਦਾਸ ਦੇ ਲੰਗਰ 'ਚ ਵੜ ਗਏ ਉੱਥੇ ਜਦੋਂ ਹਜ਼ਾਰਾਂ ਬੰਦੇ ਇੱਕੋ ਹੀ ਬਹਿੰਦੇ ਆ ਲੰਗਰ 'ਚ ਉਹ ਦੋ ਮਾਲ ਦੇ ਤਿੰਨ ਮਾਲ ਬਣ ਗਏ ਹੁਣ ਉੱਪਰ ਥੱਲੇ ਉਹਦੇ ਨੂੰ ਥੱਲੇ ਵਾਲਾ ਹਾਲ ਭਰ ਜਾਂਦਾ ਫਿਰ ਉੱਪਰ ਦਾ ਖੋਲ ਉੱਪਰ ਨਾਲ ਥੱਲੇ ਵਾਰੀ ਵਾਰੀ ਚੱਲਦਾ ਹੀ ਰਹਿੰਦਾ ਅਤੇ ਇੱਕ ਮਿੰਟ ਵੀ ਇੰਨਾ ਨਹੀਂ ਹੁੰਦਾ ਵੀ ਇੱਕ ਕੋਈ ਪੰਦਰ ਖਾਲੀ ਰਹਿ ਜਾਏਗੀ ਜਿੱਥੇ ਕੋਈ ਪੰਦਰ ਨਾ ਘੱਟ ਹੋਣ ਸਾਰੇ ਭਰੇ ਹੁੰਦੇ ਆ ਪ੍ਰਵਾਸ ਦਾ ਅਤੇ ਜਿੰਨੀ ਸੰਗਤ ਪ੍ਰਸ਼ਾਦਾ ਛੱਡਦੀ ਹੁੰਦੀ ਹੈ ਤੁਹਾਨੂੰ ਗੁਰੂ ਰਾਮਦਾਸ ਮੂੰਹ ਤੋਂ ਨਿਕਲਦਾ ਧੰਨ ਗੁਰੂ ਅਤੇ ਬਚਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਵੱਲ ਦੇ ਰਹੇ ਨੇ ਕਹਿੰਦੇ ਕਹਿੰਦੇ ਕਿ ਰਾਮਦਾਸ ਹੈ ਧੰਨ ਧੰਨ ਹੈ ਇਹਨਾਂ ਨੇ ਸੰਗਤ ਦੀ ਸੇਵਾ ਕੀਤੀ ਹੈ ਇਹ ਬੜੇ ਮਹਾਨ ਹਨ ਸਾਰੇ ਇੰਨਾ ਪਿਆਰ ਕਰਦਾ ਹੈ ਰਾਮਦਾਸ ਤਾਂ ਹੀ ਸੇਵਾ ਕਰਦਾ ਗੁਰੂ ਦਾ ਪਿਆਰ ਵਿਅਕਤੀ ਕਰਦਾ ਸਾਰਾ ਕੁਝ ਹਾਂਜੀ ਮਹਾਰਾਜ ਕਹਿੰਦੇ ਦੁਨੀਆਂ ਦੀ ਕੋਈ ਇਹੋ ਜਿਹੀ ਦੁਰਲਭ ਚੀਜ਼ ਨਹੀਂ ਹੋਵੇਗੀ ਹਾਂਜੀ ਜਿਹੜੀ ਰਾਮਦਾਸ ਨੂੰ ਨਹੀਂ ਮਿਲੇਗੀ ਸਭ ਕੁਛ ਰਾਮਦਾਸ ਨੂੰ ਮਿਲੇਗਾ ਔਰ ਨੌ ਨਦੀਆਂ ਦੇ ਸਾਰਾ ਸਿੱਧੀਆਂ ਜਿਹੜੇ ਚਰਨਾਂ 'ਚ ਵਸਣਗੀਆਂ ਹਾਂਜੀ ਇਹਨੇ ਮੇਰੇ ਸਿੱਖਾਂ ਦੀ ਸੇਵਾ ਕੀਤੀ ਪ੍ਰੇਮ ਨਾਲ ਕੀਤੀ ਇਸ ਰਾਮਦਾਸ ਤੋਂ ਵੱਡੇ ਭਾਗਾਂ ਵਾਲਾ ਹੋਰ ਕੋਈ ਨਹੀਂ ਹੋਵੇ ਇਹਦਾ ਵੰਸ਼ ਸੰਸਾਰ 'ਚ ਬੜਾ ਵਧੇਗਾ ਸਾਧ ਸੰਗਤ ਜੀ ਬਾਰ ਗੁਰੂ ਅਮਰਦਾਸ ਸਾਹਿਬ ਜਿਹੜੇ ਨੇ ਗੁਰੂ ਰਾਮਦਾਸ ਜੀ ਦਾ ਪਰਿਵਾਰ ਬੜਾ ਵਧੇਗਾ ਮਹਾਨ ਹੋਵੇਗਾ ਸਭ ਤੋਂ ਵੱਡੀ ਗੱਲ ਦੇਖੋ ਸਾਰਾ ਇਤਿਹਾਸ ਹੈ ਅਤੇ ਗੁਰੂ ਰਾਮਦਾਸ ਦੇ ਪਰਿਵਾਰ ਦਾ ਹੀ ਰਾਮਦਾਸ ਦੇ ਪੁੱਤਰ ਜੀ ਅਰਜਨ ਰਾਏ ਜੀ ਉਹਨਾਂ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੋਂ ਪੋਤਰੇ ਗੁਰੂ ਮਹਾਰਾਜ ਸਾਹਿਬ ਜੀ ਅਤੇ ਪੜਪੋਤਰੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਫਿਰ ਗੁਰੂ ਤੇਗ ਬਹਾਦਰ ਉਹਨੇ ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਵੰਸ਼ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਅਤੇ ਉਹਨਾਂ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੱਗੇ ਉਹਨਾਂ ਦੇ ਚਾਰੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਬਾਬਾ ਜਵਾਹਰ ਸਿੰਘ ਬਾਬਾ ਜੋਰਾ ਲਖਨ ਬਾਬਾ ਫਤਿਹ ਸਿੰਘ ਇੱਕ ਦੇ ਮਹਾਨ ਉਤਾਰੀ ਪੁੱਤ ਸਾਰੇ ਹੋਏ ਉਸ ਤੋਂ ਬਾਅਦ ਜਿਹੜਾ ਵੰਸ਼ ਚੱਲਿਆ ਆ ਰਿਹਾ ਬਾਬਾ ਸੂਰਜਮਾਨ ਜੀ ਦਾ ਨਾਲ ਬਾਬਾ ਪ੍ਰਿਥੀ ਚੰਦ ਦੇ ਨਾਲ ਉਹ ਸਾਰਾ ਗੁਰੂ ਰਾਮਦਾਸ ਦੇ ਪਰਿਵਾਰ ਵਧਿਆ ਸੰਸਾਰ ਵਿੱਚ ਅਤੇ ਗੁਰੂ ਅਮਰਦਾਸ ਜੀ ਕਹਿੰਦੇ ਆ ਇਹਨਾਂ ਦਾ ਬਹੁਤ ਪਰਿਵਾਰ ਵਧੇਗਾ ਇਹਨਾਂ ਦੇ ਪਰਿਵਾਰ ਨੂੰ ਬੜੇ ਬੜੇ ਉਤਾਰੀ ਪੁਰਖ ਹੋਣਗੇ ਹਾਂਜੀ ਜਿਹੜਾ ਮੇਰੀ ਸੰਗਤ ਦੀ ਸੇਵਾ ਕਰੇਗਾ ਉਹਦੇ ਲੋਕ ਪ੍ਰਲੋਕ ਵਿੱਚ ਜੈਕਾਰ ਹੋਵੇਗੀ ਜਿਹੜਾ ਮੇਰਾ ਮਹਾਤਮਾ ਜਿੰਨੀ ਮੇਰੀ ਪਦਵੀ ਗੁਰੂ ਜੀ ਹੈ ਉਹ ਗੁਰੂ ਰਾਮਦਾਸ ਜਾਣਦੇ ਨੇ ਗੁਰੂ ਨੂੰ ਜਾਣਨਾ ਬੜਾ ਔਖਾ ਸਰ ਗੁਰੂ ਨੂੰ ਸਾਰੇ ਦੇਖਦੇ ਤਾਂ ਗੁਰੂ ਨੂੰ ਗੁਰੂ ਤੱਕ ਮਿਲੇ ਜਾਣਦੇ ਅਤੇ ਇਹਨੇ ਸਾਨੂੰ ਜਾਣ ਲਿਆ ਹਾਂਜੀ
ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦਾ